ਗੋਲੀ ਲੱਗਣ ਦੇ ਨਾਲ ਇੱਕ ਇੰਸਪੈਕਟਰ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ। ਗੋਲੀ ਚੱਲੀ ਹੈ ਜਿਸ ਦੇ ਕਾਰਨ ਇੱਕ ਇੰਸਪੈਕਟਰ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ। ਤਾਂ ਦੱਸ ਦਈਏ ਕਿ ਜਲੰਧਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਇੰਸਪੈਕਟਰ ਦੀ ਗੋਲੀ ਲੱਗਣ ਦੇ ਨਾਲ ਮੌਤ ਹੋ ਗਈ ਹੈ। ਕਿਹਾ ਜਾ ਰਿਹਾ ਹੈ ਕਿ ਸਿੱਧੀ ਸਿਰ ਦੇ ਵਿੱਚ ਜਾ ਕੇ ਇਹ ਗੋਲੀ ਲੱਗੀ ਹੈ ਤੇ ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਜਦੋਂ ਗੱਡੀ ਦੇ ਵਿੱਚ ਬੈਠ ਕੇ ਇੱਕ CIA ਦੇ ਵਿੱਚ ਤੈਨਾਤ ਇੰਸਪੈਕਟਰ ਜਦੋਂ ਆਪਣੀ ਪਿਸਤੌਲ ਨੂੰ ਸਾਫ਼ ਕਰ ਰਿਹਾ ਸੀ ਤਾਂ ਉਸਦੇ ਵਿੱਚੋਂ ਅਚਾਨਕ ਗੋਲੀ ਚੱਲ ਪੈਂਦੀ ਹੈ ਜਿਸ ਦੇ ਕਾਰਨ ਇੰਸਪੈਕਟਰ ਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ। ਜਦੋਂ ਪੁਲਿਸ ਮੁਲਾਜ਼ਮ ਮੌਕੇ ਦੇ ਉੱਤੇ ਪਹੁੰਚਦੇ ਨੇ ਤਾਂ ਦੇਖਦੇ ਨੇ ਕਿ ਇੰਸਪੈਕਟਰ ਦੀ ਜੋ ਲਾਸ਼ ਹੈ ਉਹ ਖੂਨ ਦੇ ਨਾਲ ਲੱਥਪੱਥ ਹਾਲਤ ਦੇ ਵਿੱਚ ਪਈ ਹੁੰਦੀ ਹੈ। ਜਿਸ ਤੋਂ ਬਾਅਦ ਮੌਕੇ 'ਤੇ ਹੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ। ਪਰਿਵਾਰਕ ਮੈਂਬਰਾਂ ਦਾ ਵੀ ਰੋ ਰੋ ਕੇ ਇਸ ਘਟਨਾ ਤੋਂ ਬਾਅਦ ਬੁਰਾ ਹਾਲ ਹੈ। ਤਾਂ ਦੱਸ ਦਈਏ ਕਿ ਜਲੰਧਰ ਦੇ ਵਿੱਚ ਇਹ ਘਟਨਾ ਵਾਪਰੀ ਹੈ ਜਿੱਥੇ ਕਿ ਇੱਕ ਇੰਸਪੈਕਟਰ ਦੀ ਗੋਲੀ ਲੱਗਣ ਨਾਲ ਮੌਤ ਹੋਈ ਹੈ। ਸਿੱਧੀ ਸਿਰ ਦੇ ਵਿੱਚ ਵੱਜੀ ਹੈ ਗੋਲੀ ਅਤੇ ਕਿਹਾ ਜਾ ਰਿਹਾ ਕਿ ਜਦੋਂ ਇਹ ਆਪਣੇ ਪਿਸਤੌਲ ਨੂੰ ਇੰਸਪੈਕਟਰ ਗੱਡੀ ਦੇ ਵਿੱਚ ਬੈਠ ਕੇ ਸਾਫ਼ ਕਰ ਰਿਹਾ ਸੀ ਤਾਂ ਅਚਾਨਕ ਹੀ ਉਸਦੇ ਵਿੱਚੋਂ ਗੋਲੀ ਚੱਲ ਜਾਂਦੀ ਹੈ ਜਿਸ ਦੇ ਕਾਰਨ ਇੰਸਪੈਕਟਰ ਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ। ਭੁਪਿੰਦਰ ਸਿੰਘ ਵਜੋਂ ਇਸਦੀ ਪਹਿਚਾਣ ਹੋਈ ਹੈ ਅਤੇ ਪੁਲਿਸ ਦੇ ਵੱਲੋਂ ਹੁਣ ਡੂੰਘਾਈ ਦੇ ਨਾਲ ਇਸਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਤਾਂ ਦੱਸ ਦਈਏ ਕਿ ਜਲੰਧਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਇੰਸਪੈਕਟਰ ਜੋ ਕਿ ਗੱਡੀ ਦੇ ਵਿੱਚ ਬੈਠ ਕੇ ਆਪਣੇ ਪਿਸਤੌਲ ਨੂੰ ਸਾਫ਼ ਕਰ ਰਿਹਾ ਸੀ ਉਸਦੇ ਵਿੱਚੋਂ ਅਚਾਨਕ ਗੋਲੀ ਚੱਲਦੀ ਹੈ ਅਤੇ ਗੋਲੀ ਸਿੱਧੀ ਜਾ ਕੇ ਉਸਦੇ ਸਿਰ ਦੇ ਵਿੱਚ ਵੱਜਦੀ ਹੈ ਜਿਸ ਤੋਂ ਬਾਅਦ ਉਸਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ। ਹਾਲਾਂਕਿ ਮੌਕੇ 'ਤੇ ਹੁਣ ਪੁਲਿਸ ਵੀ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸਰ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ASI ਵਿਜੇ ਕੁਮਾਰ। ਕਿਹੜੇ ਥਾਣੇ ਤੋਂ? ਡਿਵੀਜ਼ਨ ਨੰਬਰ 2 ਜਲੰਧਰ। ਸਰ ਅੱਜ ਕੀ ਵਾਕਿਆ ਕੀ ਹੋਇਆ ਸੀ? ਪਹਿਲਾਂ ਮੈਂ ਪ੍ਰੈਸ ਵੀਰਾਂ ਦਾ ਧੰਨਵਾਦ ਕਰਦਾ ਜੋ ਇਸ ਟਾਈਮ 'ਤੇ ਆਏ ਆਪਣੇ ਪਾਸ ਜੀ। ਠੀਕ ਨਹੀਂ, ਅਤੇ ਇਹਦੇ ਵਿੱਚ ਇਹ ਹੈ ਕਿ ਮੈਂ ਅਤੇ ਮੇਰੇ ਸਾਥੀ ਬਾਹਰ ਸੀ ਪੈਟਰੋਲਿੰਗ 'ਤੇ, ਪਟੇਲ ਆਪਣੇ ਪਟੇਲ 'ਚੋਂ ਖਾਜੇ ਸੀ ਜੀ, ਅਤੇ ਆਪਾਂ ਨੂੰ ਕੋਈ ਥਾਣਿਓਂ ਇਨਫੋਰਮੇਸ਼ਨ ਮਿਲੀ ਸੀ ਕਿ ਜਿਹੜੇ ਰਿਹਾਇਸ਼ੀ ਕੁਆਟਰ ਹੈਗੇ ਆ ਡਿਵੀਜ਼ਨ ਨੰਬਰ 2 ਦੇ ਵਿੱਚ ਪਾਰਕਿੰਗ 'ਚ ਗੱਡੀ ਖੜ੍ਹੀ ਆ ਜੀ, ਉੱਥੇ ਆਪਣੇ SI ਭੁਪਿੰਦਰ ਸਿੰਘ ਸਬ ਇੰਸਪੈਕਟਰ ਸੀ ਸਟਾਫ ਦਿਹਾਤੀ ਜਲੰਧਰ, ਅਤੇ ਜਿਨ੍ਹਾਂ ਦੇ ਅਚਾਨਕ ਗੋਲੀ ਲੱਗਣ ਕਾਰਨ ਉਹਨਾਂ ਦੀ ਮੌਤ ਹੋ ਗਈ ਆ। ਮੌਕੇ 'ਤੇ ਪੁੱਜ ਕੇ ਕਾਰਵਾਈ ਕਰੋ। ਆਪਾਂ ਮੌਕੇ 'ਤੇ ਪੁੱਜੇ, ਮੌਕੇ 'ਤੇ ਉਹਨਾਂ ਦੀ ਵਾਈਫ ਜਿਹੜੀ ਆ ਉਹ ਆ ਗਈ ਸੀ, ਵਾਈਫ ਉਹਨਾਂ ਦੀ ਹਾਜ਼ਰ ਆਈ ਆ, ਅਤੇ ਉਹਨਾਂ ਦੀ ਹਾਜ਼ਰੀ ਹਾਂਜੀ ਮੌਕੇ 'ਤੇ ਵਾਈਫ ਉਹਨਾਂ ਦੀ ਹਾਜ਼ਰ ਆਈ ਭੁਪਿੰਦਰ ਕੌਰ ਕੁਲਵੰਤ ਕੌਰ, ਅਤੇ ਮੌਕੇ 'ਤੇ ਆ ਸਾਡੇ ਜਿਹੜੇ ਸੀਨੀਅਰ ਅਫਸਰ ਵੀ ਆਏ, ਉਹਨਾਂ ਦੀ ਹਾਜ਼ਰੀ ਆਪਾਂ ਜਿਹੜੀ ਮਿਲਾਇਆ ਮੌਕਾ ਕਰਕੇ ਡੈਡ ਬੋਡੀ ਸੀ ਬਲਾਸਤਾ ਜਲੰਧਰ ਪਹੁੰਚਾ ਦਿੱਤੀ ਆ। ਰੋਲਵਰ ਕੋਈ? ਅਤੇ ਜਿਹੜਾ ਉਹ ਅਚਾਨਕ ਜੇ ਗੱਡੀ ਦੇ ਵਿੱਚ ਆਪਣਾ 9mm ਪਿਸਟਲ ਜਿਹੜਾ ਆਪਣਾ ਜਿਹੜਾ ਗੱਡੀ ਸਫਾਈ ਕਰ ਰਿਹਾ ਸੀ ਵਿੱਚ ਪਿਸਟਲ ਦੀ, ਉਹ ਅਚਾਨਕ ਗੋਲੀ ਲੱਗਣ ਨਾਲ ਜਿਹਦੀ ਉਹਦੇ ਸਿਰ 'ਚ ਗੋਲੀ ਲੱਗੀ ਆ ਜਿਸ ਨਾਲ ਉਹਦੀ ਮੌਤ ਹੋਈ ਆ। ਸਰ ਵੈਪਨ ਸਰਕਾਰੀ ਸੀਗਾ? ਹਾਂ, ਸਰਵਿਸ ਵੈਪਨ ਸੀਗਾ, ਪਿਸਟਲ ਸੀ। ਹਾਂ, ਸਰਵਿਸ ਪਿਸਟਲ ਸੀਗਾ। ਅਤੇ ਸਰ ਇਹ ਕਿੰਨੇ ਕੁ ਵਜੇ ਦਾ ਵਾਕਿਆ, ਕਿੰਨੇ ਕੁ ਵਜੇ ਦਾ? ਇਹ ਆਪਾਂ ਨੂੰ ਇਨਫੋਰਮੇਸ਼ਨ 7 ਵਜੇ ਮਿਲੀ ਆ ਜੀ, ਲੇਕਿਨ ਉਹਨਾਂ ਨੂੰ ਸੀ ਸਟਾਫ ਵਾਲਿਆਂ ਨੂੰ ਜਿਹੜੇ ਆ ਉਹਨਾਂ ਨੂੰ 6:30 ਵਜੇ ਕਹਿੰਦੇ ਪਤਾ ਲੱਗਾ। ਸਰ ਕਿੰਨੀ ਦੇਰ ਤੋਂ ਇੱਥੇ ਤਣਾਅ ਸੀਗੇ? ਤਣਾਅ ਤਾਂ ਇਹ ਪ੍ਰੋਪਰ ਤਾਂ ਸੀ ਸਟਾਫ ਵਾਲਿਆਂ ਨੂੰ ਪਤਾ, ਉਹਨਾਂ ਦੇ ਦਿਹਾਤੀ ਜਿਹਦਾ ਇੰਸਪੈਕਟਰ ਲੱਗੇ ਜਾਂ ਬਾਲੀ ਸਾਹਿਬ, ਉਹਨਾਂ ਨੂੰ ਪਤਾ ਜੀ ਇਹਦੇ ਬਾਰੇ ਆਪਾਂ ਜੇ ਡੰਗਾਈ ਨਾ ਕਰਨੀ ਆ। ਅਤੇ ਸਰ ਗੱਡੀ ਜਿਹੜੀ ਸੀ ਦਿਹਾਤੀ ਦੇ ਬਾਹਰ ਹੀ ਲੱਗੀ ਹੋਈ ਸੀਗੀ? ਗੱਡੀ ਜਿਹੜੀ ਆ ਪਾਰਕਿੰਗ ਵਿੱਚ ਲੱਗੀ ਸੀ ਦਿਹਾਤੀ ਦੇ ਬਾਹਰ ਲੱਗੀ ਸੀ ਕੁਆਟਰ। ਸਰ ਕੋਈ CCTV ਫੋਟੋਜ਼ ਵਗੈਰਾ ਸਾਹਮਣੇ ਆਇਆ? ਨਹੀਂ, ਇੱਥੇ CCTV ਕੈਮਰੇ ਆਏ ਨਹੀਂ, ਫੋਟੋਜ਼ ਕੋਈ ਨਹੀਂ ਆਇਆ। ਅੱਛਾ, ਅਤੇ ਬਾਕੀ ਜੋ ਵੀ ਅਜੇ ਤਾਂ ਫਿਲਹਾਲ ਜਿਹੜੀ ਹੈ ਇਹਦੀ ਆਪਾਂ ਡੈਡ ਬੋਡੀ ਸਿਵਲ ਹਸਪਤਾਲ ਜਲੰਧਰ ਕਰਾਈ ਹੋਈ ਆ ਡੈਡ ਹਾਊਸ 'ਚ। ਸਰ ਕਾਰਵਾਈ ਕੀ ਹੋਏਗੀ ਇਹਨਾਂ ਉੱਪਰ? ਕਾਰਵਾਈ ਫਿਲਹਾਲ ਤਾਂ ਇਹਦੀ ਜਾਂ 170 CRPC ਦੀ ਕਾਰਵਾਈ ਅਮਲ 'ਚ ਲਿਆ ਰਹੇ ਆ। ਇਹਨਾਂ ਦੀ ਵਾਈਫ ਨੇ ਕੁਛ ਦੱਸਿਆ? ਕੋਈ
ਜਿਹੜੀ ਵਾਈਫ ਹੈ, ਜਿਹੜੀ ਵਾਈਫ ਨੇ ਜੇ ਬਿਆਨ ਹੈ ਸਟੇਟਮੈਂਟ, ਉਹਦੇ ਆਧਾਰ 'ਤੇ ਕਾਰਵਾਈ ਹੋਣੀ ਹੈ। ਸਰ ਇਹਦੇ ਵਿੱਚ ਗੱਲ ਕੀਤੀ, ਉਹਨਾਂ ਕੋਈ ਦੱਸਿਆ ਕਿ ਕੋਈ ਕਾਰਨ ਤਾਂ ਨਹੀਂ ਸੀ ਘਰ ਕੋਈ ਤਾਂ ਕਿ ਪ੍ਰੋਬਲਮ ਤਾਂ ਨਹੀਂ ਸੀ? ਨਹੀਂ, ਕੋਈ ਕਾਰਨ ਤਾਂ ਇੰਨਾ ਕੋਈ ਹੈ ਨਹੀਂ ਸੀ। ਉਹਦੀ ਮਦਰ ਤਾਂ ਸੀ ਪਹਿਲਾਂ, ਉਹ ਮਦਰ ਦੀ ਹੋਈ ਸੀ ਕਹਿੰਦੇ, ਅਤੇ ਉਹਦੇ ਕਰਕੇ ਉਹ ਤੋਂ ਥੋੜ੍ਹਾ ਜਿਹਾ ਮਦਰ ਡਿਪਰੈਸ ਸੀਗੇ। ਹਾਲੇ ਉਹਨਾਂ ਦੀ ਮਿਸਿਸ ਦਾ ਕੋਈ ਬਿਆਨ ਵਗੈਰਾ ਨਹੀਂ ਆਇਆ? ਉਹ ਹਜੇ ਸਦਮੇ 'ਚ ਹੋਣ ਕਰਕੇ ਉਹਨੇ ਬਿਆਨ ਨਹੀਂ ਲਿਖਾਇਆ। ਉਹਨਾਂ ਦੀ ਮਦਰ ਨਾਲ ਗੱਲਬਾਤ ਹੋਈ? ਨਹੀਂ, ਜਿਹਦੀ ਮਦਰ ਦੀ ਡੈਥ ਹੋ ਗਈ ਸੀ ਤਾਂ ਉਹਦੇ ਕਰਕੇ ਡਿਪਰੈਸ ਸੀ ਨਾ, ਵਾਈਫ ਆਈ ਸੀ।